ਬਠਿੰਡਾ ਦੇ ਕਿਲ੍ਹਾ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਹਾਂ, ਜਿੱਥੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਇੱਕ ਔਰਤ ਨੂੰ ਫੜਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਬੇਅਦਬੀ ਦੇ ਸ਼ੱਕ 'ਤੇ ਚੱਲਦੇ ਪ੍ਰਬੰਧਕਾਂ ਵੱਲੋਂ ਇਸ ਔਰਤ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ। ਗੁਰੂ ਘਰ ਦੇ ਪ੍ਰਬੰਧਕਾਂ ਦੀ ਮੰਨੀਏ ਤਾਂ ਇਹ ਔਰਤ ਮੋਬਾਈਲ 'ਤੇ ਉੱਚੀ ਆਵਾਜ਼ ਵਿੱਚ ਗੁਰਬਾਣੀ ਲਾ ਕੇ ਗੁਰੂ ਘਰ ਵਿੱਚ ਦਾਖਲ ਹੋਈ ਤਾਂ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਆਵਾਜ਼ ਹੌਲੀ ਕਰਨ ਨੂੰ ਕਿਹਾ ਗਿਆ, ਜਿਸ 'ਤੇ ਇਸ ਔਰਤ ਵੱਲੋਂ ਭੱਦੀ ਸ਼ਬਦਾਵਲੀ ਵਰਤੀ ਗਈ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਮੌਕੇ 'ਤੇ ਪੁਲਿਸ ਬੁਲਾਈ ਗਈ। ਤਕਰੀਬਨ 12 ਵਜੇ ਇਹ ਕੋਈ ਜਨਾਨੀ ਜਿਹੜੀ ਲੇਡੀਜ਼ ਆ, ਔਰਤ ਆ, ਇਹ ਮੱਥਾ ਟੇਕਣ ਆਈ ਆ, ਪਰ ਇਹਨੇ ਅੰਦਰ ਆਪਣਾ ਜਿਹੜਾ ਆਪਦੇ ਮੋਬਾਈਲ 'ਤੇ, ਨਿੱਜੀ ਮੋਬਾਈਲ 'ਤੇ ਕੋਈ ਸ਼ਬਦ ਕੀਰਤਨ ਲਾਇਆ ਜਾਂ ਕੋਈ ਭਜਨ ਲਾਇਆ ਸੀ। ਸਾਡੇ ਗ੍ਰੰਥੀ ਸਿੰਘਾਂ ਨੇ ਉਹਨੂੰ ਰੋਕਿਆ, ਅਰਦਾਸ ਪਹਿਲਾਂ ਕਰ ਰਹੇ ਸੀ, ਕੋਈ ਨਿੱਜੀ ਕਿਸੇ ਸੰਗਤ ਵਾਲੇ ਦੀ ਅਰਦਾਸ ਕਰ ਰਹੇ ਸੀ। ਅਰਦਾਸ ਕਰਨ ਤੋਂ ਬਾਅਦ ਸਾਡੇ ਸਤਨਾਮ ਸਿੰਘ ਗ੍ਰੰਥੀ ਉਹਨਾਂ ਰੋਕਿਆ ਵੀ ਇੱਦਾਂ ਤੂੰ ਸ਼ਬਦ ਜਾਂ ਕੋਈ ਹੋਰ ਭਜਨ ਨਹੀਂ ਲਾ ਸਕਦੀ। ਇਸ ਨੇ ਬਹੁਤ ਵੱਡਾ ਇਤਰਾਜ਼ ਕੀਤਾ, ਕਹਿੰਦੀ ਮੈਂ ਇੱਥੇ ਹੀ ਸ਼ਬਦ ਲਾਉਣਾ, ਇੱਥੇ ਹੀ ਮੈਂ ਬੈਠਣਾ, ਤੁਸੀਂ ਮੈਨੂੰ ਨਹੀਂ ਰੋਕ ਸਕਦੇ। ਇਸ 'ਤੇ ਹੈਡ ਗ੍ਰੰਥੀ ਜਗਤਾਰ ਸਿੰਘ ਸਾਡੇ ਉੱਥੇ ਹਾਜ਼ਰ ਹੀ ਸੀ, ਉਹਨਾਂ ਨੇ ਉਹਨੂੰ ਸਮਝਾ ਕੇ ਬੁਝਾ ਕੇ ਸਖਤੀ ਨਾਲ ਕੁਛ ਬਾਹਰ ਲੈਣ ਦਾ, ਅਤੇ ਉਹਨੇ ਗਲਤ ਬੋਲਿਆ, ਸ਼ਬਦਾਵਲੀ ਵੀ ਗਲਤ ਬੋਲੀ। ਅਤੇ ਸੰਗਤ ਨੂੰ ਨਾਲ ਲੈ ਕੇ ਜਦੋਂ ਉਹਦੇ ਝੋਲਾ ਸੀ ਉਹਦੇ ਕੋਲ, ਉਹਦੇ ਕੋਲ ਵੇਖਿਆ, ਉਹਦੇ ਕੋਲ ਹਨੂੰਮਾਨ ਦੀ ਇੱਕ ਛੋਟੀ ਜਿਹੀ ਮੈਟਲ ਦੀ ਤਰ੍ਹਾਂ ਮੂਰਤੀ ਨਿਕਲੀ, ਇੱਕ ਮਾਚਿਸ ਨਿਕਲੀ, ਲਾਈਟਰ ਨਿਕਲਿਆ, ਧੂਫ ਨਿਕਲਿਆ, ਇੱਕ ਚਾਲੀਸਾ ਜਿਹੜਾ ਛੋਟਾ ਹਨੂੰਮਾਨ ਚਾਲੀਸਾ ਨਿਕਲਿਆ। ਅਤੇ ਉਸਨੂੰ ਫਿਰ ਵੀ ਸਮਝਾਇਆ ਵੀ ਤੂੰ ਇਸ 'ਤੇ ਨਹੀਂ ਕਰ ਸਕਦੀ, ਪਰ ਉਹਨੇ ਸ਼ਬਦਾਵਲੀ ਗਲਤ ਬੋਲੀ, ਇਸ 'ਤੇ ਸਾਨੂੰ ਦੱਸਿਆ। ਹਾਂਜੀ, ਅੱਛਾ, ਉਹਨੇ ਕੋਈ ਸ਼ਬਦਾਵਲੀ ਠੀਕ ਨਹੀਂ ਬੋਲੀ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸੰਗਤ ਨੂੰ ਨਾਲ ਲੈ ਕੇ ਉਸ ਵੇਲੇ ਕੋਤਵਾਲੀ ਉਹਨੂੰ ਅਰੈਸਟ ਕਰਵਾਇਆ। ਹੋ ਸਕਦਾ ਉਹਦੀ ਮਨਸ਼ਾ ਹੋਵੇ, ਅੱਜ ਤੱਕ ਤਾਂ ਕੋਈ ਬੇਅਦਬੀ ਉਹਨੇ ਨਹੀਂ ਕੀਤੀ, ਪਰ ਅੰਦਰ ਖਲਲ ਅਸੀਂ ਇਸੀ ਇਹੋ ਰਿਕੁਐਸਟ ਕੀਤੀ ਆ। ਪ੍ਰਸ਼ਾਸਨ ਨੂੰ ਮੈਂ ਇਹੋ ਰਿਕੁਐਸਟ ਕਰਦਾ ਸ਼੍ਰੋਮਣੀ ਕਮੇਟੀ ਵੱਲੋਂ, ਗੁਰੂ ਘਰ ਵੱਲੋਂ, ਸਮੂਹ ਸੰਗਤਾਂ ਵੱਲੋਂ, ਜੋ ਸੰਗਤਾਂ ਦੀਆਂ ਭਾਵਨਾਵਾਂ ਉਹਨਾਂ 'ਤੇ ਲਗਾਤਾਰ ਠੇਸ ਪਹੁੰਚਾਈ ਜਾ ਰਹੀ ਹੈ। ਪਿੱਛੇ ਵੀ ਬੜੀਆਂ ਵੱਡੀਆਂ ਘਟਨਾਵਾਂ ਹੋਈਆਂ, ਫਿਰ ਕਿਉਂਕਿ ਸਿੱਖ ਸੰਗਤਾਂ ਜਿਹੜੀਆਂ ਆਪਣੀ ਸਿੱਖੀ ਰਵਾਇਤਾਂ ਅਨੁਸਾਰ ਜੇ ਸਜ਼ਾ ਦਿੱਤੀ ਆ ਤਾਂ ਫਿਰ ਬੜਾ ਵੱਡਾ ਇਤਰਾਜ਼ ਬਣਦਾ। ਅੱਜ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਸਕਦੀ ਸੀ, ਕਿਉਂਕਿ ਸੰਗਤ ਇਕੱਠੀ ਹੋ ਰਹੀ ਸੀ। ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਅਤੇ ਪੁਲਿਸ ਮਹਿਕਮੇ ਨੂੰ ਬੇਨਤੀ ਆ ਕਿ ਇਹਦੀ ਬਿਲਕੁਲ ਬਰੀਕੀ ਨਾਲ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਵੀ ਇਹ ਕੌਣ ਆ, ਕਿਸ ਮਕਸਦ ਨਾਲ ਆਈ। ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਇਹ ਔਰਤ ਜਿਸ ਦੀ ਉਮਰ 40 ਸਾਲ ਦੀ ਹੈ, ਕਰਨਾਲ ਦੀ ਰਹਿਣ ਵਾਲੀ ਹੈ ਅਤੇ ਘਰਦਿਆਂ ਮੁਤਾਬਕ ਇਹ ਦਿਮਾਗੀ ਤੌਰ 'ਤੇ ਠੀਕ ਨਹੀਂ ਹੈਗੀ ਅਤੇ ਇਸ ਦਾ ਇਲਾਜ ਚੱਲ ਰਿਹਾ ਸੀ। ਲਗਭਗ 1 ਵਜੇ ਦੇ ਕਰੀਬ ਸਾਨੂੰ ਇਤਲਾਹ ਮਿਲੀ ਗੁਰਦੁਆਰਾ ਕਿਲ੍ਹਾ ਸਾਹਿਬ ਦੇ ਵਿੱਚੋਂ ਕਿ ਉੱਥੇ ਕੋਈ ਲੇਡੀ ਹੈਗੀ ਆ ਜਿਹੜੇ ਕਿ ਅੰਦਰ ਦਰਬਾਰ ਹਾਲ ਦੇ ਵਿੱਚ ਉਹਨੇ ਆਪਦੇ ਮੋਬਾਈਲ 'ਤੇ ਉੱਚੀ ਕੀਰਤਨ ਲਾਇਆ ਹੋਇਆ ਅਤੇ ਜਿਹਦੇ ਕਰਕੇ ਦਰਬਾਰ ਸਾਹਿਬ ਦੀ ਜਿਹੜਾ ਵਿੱਚ ਪਾਠ ਹੋ ਰਿਹਾ ਸੀਗਾ ਉਹਦੇ ਵਿੱਚ ਵਿਘਨ ਪੈ ਰਿਹਾ ਸੀਗਾ ਅਤੇ ਜਦੋਂ ਸਿੰਘ ਸਾਹਿਬ ਨੇ ਉਹਨੂੰ ਇਸ ਗੱਲ ਪ੍ਰਤੀ ਵਰਜਿਆ ਵੀ ਜੋ ਕੀਰਤਨ ਆਪਦੇ ਮੋਬਾਈਲ 'ਤੇ ਸੁਣਨਾ ਚਾਹੁੰਦੀ ਹੈ ਤਾਂ ਬਾਹਰ ਜਾ ਕੇ ਸੁਣ ਸਕਦੀ ਹੈ ਜਾਂ ਜੇ ਅੰਦਰ ਬੈਠਣਾ ਤਾਂ ਆਪਦਾ ਫੋਨ ਬੰਦ ਕਰ ਲਏ ਅਤੇ ਉਹ ਲੇਡੀ ਨੇ ਅੱਗਿਓਂ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਅਤੇ ਉਹਨੇ ਉਹਨਾਂ ਨਾਲ ਬਹਿਸਬਾਜ਼ੀ ਕੀਤੀ ਜਿਹਦੇ ਤੋਂ ਉਹਨਾਂ ਨੇ ਫਿਰ ਸਾਨੂੰ ਫੋਨ 'ਤੇ ਇਤਲਾਹ ਮਿਲੀ ਕੰਟਰੋਲ ਰੂਮ 'ਤੇ ਅਤੇ ਅਸੀਂ ਲੇਡੀ ਮੁਲਾਜ਼ਮ ਉੱਥੇ ਭੇਜੀ ਹਾਂ ਅਤੇ ਉਹ ਲੜਕੀ ਨੂੰ ਰਾਊਂਡ ਅਪ ਕਰਕੇ ਅਸੀਂ ਥਾਣੇ ਲੈ ਕੇ ਆਏ ਹਾਂ। ਥਾਣੇ ਲੈ ਕੇ ਉਹਦੀ ਪੁੱਛਗਿੱਛ ਕੀਤੀ ਹੈ ਅਤੇ ਜੋ ਉਹਦੀ ਮੁੱਢਲੀ ਪੁੱਛਗਿੱਛ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹ ਲੜਕੀ ਦਾ ਨਾਮ ਭਗਤੀ ਆਹੂਜਾ ਹੈ, ਕਰਨਾਲ ਦੀ ਰਹਿਣ ਵਾਲੀ ਹੈ, ਮੈਰਿਡ ਹੈਗੀ ਹੈ ਅੱਜ ਕੱਲ੍ਹ ਇਹ ਫਰੀਦਾਬਾਦ, ਇਹਦੀ ਉਮਰ ਕਰੀਬ 40 ਸਾਲ ਹੈਗੀ ਹੈ, ਮੈਂਟਲੀ ਅਪਸੈਟ ਲੱਗਦੀ ਹੈ ਇਹਦੀਆਂ ਗੱਲਾਂ ਬਾਤਾਂ ਤੋਂ ਅਤੇ ਇਹ ਅਪ੍ਰੈਲ ਮਹੀਨੇ ਤੋਂ ਆਪਣੇ ਘਰੋਂ ਭੱਜੀ ਹੋਈ ਹੈ
ਇਹਨੂੰ ਉੱਥੇ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਹੋਸਪਿਟਲ ਤੋਂ ਇਹ ਭੱਜੀ ਹੋਈ ਹੈ। ਇਹਦੀ ਜਿਹੜੀ ਮੈਡੀਕਲ ਜਾਂਚ ਆ ਉਹ ਵੀ ਹੁੰਦੀ ਰਹੀ ਹੈ ਅਤੇ ਇਹਦਾ ਦਵਾਈ ਬੂਟੀ ਵੀ ਚੱਲਦੀ ਆ, ਪਰ ਇਹ ਲੇਡੀ ਹਜੇ ਠੀਕ ਨਹੀਂ ਸੀ ਹੋਈ, ਕਿਓਰ ਨਹੀਂ ਸੀ ਹੋਈ ਅਤੇ ਉਦੋਂ ਬਾਅਦ ਇਹ ਘਰੋਂ ਭੱਜ ਗਈ ਅਤੇ ਇਹਦੇ ਘਰ ਵਾਲੇ ਨੂੰ ਟਰੇਸ ਕਰਨ ਦੀ ਕਾਫੀ ਕੋਸ਼ਿਸ਼ ਕਰ ਰਹੇ ਸੀਗੇ, ਪਰ ਇਹ ਉਹਨਾਂ ਦੇ ਹੱਥ ਨਹੀਂ ਸੀ ਲੱਗੀ। ਅਤੇ ਉਹਨਾਂ ਨਾਲ ਇਹਦੇ ਪਰਿਵਾਰ ਵਾਲੇ ਨਾਲ ਵੀ ਸਾਡੀ ਗੱਲ ਹੋ ਗਈ ਆ ਅਤੇ ਉਹ ਆ ਰਹੇ ਨੇ ਇੱਥੇ, ਅਤੇ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਗੱਲ ਆ ਉਹ ਕਲੀਅਰ ਹੋ ਜੂਗੀ। ਸਿੰਘ ਸਾਹਿਬਾਨ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇੱਥੇ ਆਏ ਸੀਗੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ, ਜੋ ਇਸ ਮਸਲੇ ਦੇ ਸਾਰੇ ਪਹਿਲੂ ਹੈ ਉਹਦੇ ਬਾਰੇ ਉਹਨਾਂ ਨੂੰ ਦੱਸਿਆ ਅਤੇ ਉਹ ਸਾਡੀ ਗੱਲ ਸੁਣ ਕੇ ਸਾਡੀ ਗੱਲ ਨਾਲ ਸਹਿਮਤ ਨੇ ਵੀ ਇਹ ਜਿਹੜੀ ਲੜਕੀ ਹੈ ਮੈਂਟਲੀ ਅਪਸੈਟ ਲੱਗਦੀ ਹੈ। ਅਤੇ ਬਾਕੀ ਇਹਦੇ ਫੋਨ ਦੀ ਸੀ ਡੀ ਆਰ ਅਤੇ ਹੋਰ ਇਹੋ ਜਿਹੀਆਂ ਜਿਹੜੇ ਸਾਰੇ ਡਿਟੇਲਸ ਹੈ ਕੈਮਰਾ ਦੀ ਜੋ ਫੁਟੇਜ ਆ ਉਹ ਸਾਰੀ ਐਗਜ਼ਾਮਿਨ ਕੀਤੀ ਜਾ ਰਹੀ ਹੈ ਅਤੇ ਉਹ ਸਾਰੀ ਐਗਜ਼ਾਮੀਨੇਸ਼ਨ ਤੋਂ ਬਾਅਦ ਅਸੀਂ ਕਿਸੇ ਸਿੱਟੇ 'ਤੇ ਪਹੁੰਚ ਸਕਾਂਗੇ ਵੀ ਇਹ ਲੇਡੀ ਕਿੱਥੋਂ ਆਈ ਹੈ ਅਤੇ ਇਹਦਾ ਕੀ ਕੋਈ ਇਹੋ ਜਿਹਾ ਕੋਈ ਗਲਤ ਮੰਤਵ ਤਾਂ ਨਹੀਂ ਸੀਗਾ, ਅਤੇ ਉਹਦੇ ਬਾਰੇ ਫਿਰ ਅਸੀਂ ਸਾਰਿਆਂ ਨੂੰ ਵੀ ਸਿੰਘ ਸਾਹਿਬਾਨ ਨੂੰ ਵੀ ਆਮ ਪਬਲਿਕ ਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ ਅਸੀਂ ਇਹਦੇ ਬਾਰੇ ਜਾਣੂ ਕਰਾਵਾਂਗੇ। ਨਹੀਂ ਕੋਈ ਇਹੋ ਜਿਹੀ ਕੋਈ ਮੰਦਭਾਗੀ ਘਟਨਾ ਨਹੀਂ ਹੋ ਸਕੀ, ਸਿਰਫ ਇਹਨੇ ਆਪਦੇ ਫੋਨ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਲਾਇਆ ਹੋਇਆ ਸੀਗਾ ਕੀਰਤਨ, ਅਤੇ ਉਹਦੇ ਕਰਕੇ ਉੱਥੇ ਵਿਘਨ ਪੈ ਰਿਹਾ ਸੀਗਾ। ਸਿੰਘ ਸਾਹਿਬਾਨ ਨੇ ਇਹਨੂੰ ਇਸ ਗੱਲ ਬਾਰੇ ਜਾਣੂ ਕਰਾਇਆ, ਇਹਨੂੰ ਦੱਸਿਆ, ਇਹਨੇ ਜਦੋਂ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਫਿਰ ਉਹਨਾਂ ਨੇ ਇਹਨੂੰ ਉੱਥੋਂ ਦਰਬਾਰ ਸਾਹਿਬ ਤੋਂ ਬਾਹਰ ਲਿਆ ਕੇ ਸਾਡੇ ਹਵਾਲੇ ਕਰਤਾ।